जी हेलो हेलो हेलो, सत श्री अकाल जी। की सवाल है जी तुहाडा? जी ਕਾਦੀ ਪੜ੍ਹਾਈ ਹੈ ਜੀ ਤੁਹਾਡੀ? ਐਮ ਏ ਇੰਗਲਿਸ਼ ਕੀਤੀ। ਕਦੋਂ ਕੀਤੀ ਹੈ ਜੀ, ਕਿਹੜੇ ਸਾਲ ਚ? 2017 ਤੇ ਮੈਰਿਡ ਹੋ ਜੀ, ਸਿੰਗਲ ਹੋ? ਅਨਮੈਰਿਡ ਹੋ ਜੀ। ਠੀਕ ਹੈ, ਤੇ ਆਇਲਸ ਤੁਸੀਂ ਕੀਤੀ ਹੈ ਜੀ? ਨਹੀਂ ਨਹੀਂ ਮੈਂ ਆਇਲਸ ਨਹੀਂ ਕੀਤੀ। ਠੀਕ ਹੈ ਠੀਕ ਹੈ, ਤੁਸੀਂ ਆਪਣਾ ਸਵਾਲ ਜਿਹੜਾ ਟੀਵੀ ਤੇ ਸੁਣ ਸਕਦੇ ਹੋ ਜੀ। ਠੀਕ ਹੈ ਜੀ, ਦੇਖੋ ਸਭ ਤੋਂ ਪਹਿਲਾ ਸਟੈਪ ਹੈਗਾ ਤੁਹਾਡੇ ਜੀ ਆਇਲਸ ਦਾ। ਚਾਹੇ ਤੁਸੀਂ ਕੈਨੇਡਾ ਦੇਖ ਰਹੇ ਹੋ, ਚਾਹੇ ਤੁਸੀਂ ਆਸਟ੍ਰੇਲੀਆ ਦੇਖ ਰਹੇ ਹੋ, ਆਇਲਸ ਇੱਕ ਰਿਕੁਆਇਰਮੈਂਟ ਹੈਗੀ ਹੈ ਜੀ। ਮੋਸਟ ਆਫ ਦ ਯੂਨੀਵਰਸਿਟੀਜ਼ ਜਾਂ ਐਡਮਿਸ਼ਨ ਕ੍ਰਾਈਟੇਰੀਆ ਨੂੰ ਕਹਿ ਲਈਏ ਜਾਂ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਨੂੰ ਕਹਿ ਲਈਏ, ਉਹਦੇ ਚ ਆਇਲਸ ਬਹੁਤ ਜ਼ਿਆਦਾ ਕੰਪਲਸਰੀ ਹੈ। ਆਇਲਸ ਦੇ ਮਤਲਬ ਤੁਸੀਂ ਪੀਟੀਈ ਵੀ ਕਰ ਸਕਦੇ ਹੋ, ਜਿਹਨੂੰ ਕਿ ਆਪਾਂ ਇੰਗਲਿਸ਼ ਲੈਂਗੁਏਜ ਕਹੀਏ। ਤੁਸੀਂ ਇੱਕ ਮਾਸਟਰਸ ਕੀਤੀ ਹੈ, ਤੁਸੀਂ ਡਿਊਲ ਮਾਸਟਰਸ ਲਈ ਵੀ ਜਾ ਸਕਦੇ ਹੋ ਤੇ ਤੁਸੀਂ ਪੀਜੀ ਡਿਪਲੋਮੇ ਲਈ ਵੀ ਜਾ ਸਕਦੇ ਹੋ। ਇਹ ਸਾਰੀ ਆਪਸ਼ਨਸ ਤੁਹਾਡੇ ਲਈ ਓਪਨ ਹੈਗੀ, ਡਿਪੈਂਡਿੰਗ ਕਿ ਤੁਸੀਂ ਕਿਹੜੇ ਸ਼ਹਿਰ ਚ ਜਾਣਾ ਚਾਹੁੰਦੇ ਹੋ, ਕਿ ਤੁਹਾਡੇ ਆਇਲਸ ਜਾਂ ਪੀਟੀ ਦੇ ਵਿੱਚੋਂ ਕਿੰਨੇ ਬੈਂਡ ਆਉਂਦੇ ਜੀ, ਉਸ ਹਿਸਾਬ ਨਾਲ ਤੁਹਾਡੀ ਆਪਸ਼ਨਸ ਅਵੇਲੇਬਲ ਰਹਿਣਗੀਆਂ। ਜੀ 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 ਸਰ, ਆਪਾਂ ਪੀਆਰ ਦੀ ਗੱਲ ਕਰ ਰਹੇ ਸੀ ਸਰ, ਆਸਟ੍ਰੇਲੀਆ ਦੇ ਵਿੱਚ ਜੀ। ਸਰ ਕਿਤੇ ਨਾ ਕਿਤੇ ਸਟੂਡੈਂਟਸ ਵੱਲੋਂ ਵੀ ਇਹ ਕਿਹਾ ਜਾਂਦਾ ਜਿਹੜੇ ਆਲਰੇਡੀ ਉੱਥੇ ਗਏ ਹੋਏ ਨੇ ਵੀ ਪੀਆਰ ਬਹੁਤ ਔਖੀ ਹੋਈ ਹੈ, ਤੁਸੀਂ ਡਿਟੇਲ ਦੇ ਵਿੱਚ ਥੋੜਾ ਜਿਹਾ ਦੱਸ ਰਹੇ ਸੀ, ਤੇ ਇਹ ਜਾਨਣਾ ਚਾਹੁੰਦਾ ਜੀ ਮੈਂ ਕਿ ਪੀਆਰ ਨੂੰ ਲੈ ਕੇ ਇੰਨਾ ਜ਼ਿਆਦਾ ਜਿਹੜਾ ਇਹ ਸਟੂਡੈਂਟਸ ਨੂੰ ਕਿਉਂ ਔਖੀ ਲੱਗ ਰਹੀ ਹੈ, ਕਿਉਂਕਿ ਜ਼ਿਆਦਾਤਰ ਜਿਹੜੇ ਸਟੂਡੈਂਟ ਆਪਣੇ ਜਾਂਦੇ ਨੇ ਉਹਨਾਂ ਦਾ ਮੇਨ ਕੰਸਰਨ ਉੱਥੇ ਜਾ ਕੇ ਪੀਆਰ ਲੈਣਾ ਪੱਕੇ ਹੋਣਾ ਹੁੰਦਾ, ਸਟੱਡੀ ਕਿਤੇ ਨਾ ਕਿਤੇ ਸੈਕੰਡ ਪ੍ਰੈਫਰੈਂਸ ਹੁੰਦੀ ਹੈ। ਬਿਲਕੁਲ, ਸੋ ਇਹ ਇੰਨੀ ਔਖੀ ਕਿਉਂ ਹੋਈ ਪਈ ਹੈ? ਦੇਖੋ ਜੀ, ਦੋ ਕਾਰਨ ਆ ਉਹਦੇ। ਸਭ ਤੋਂ ਪਹਿਲੀ ਗੱਲ, ਜਦੋਂ ਇੱਥੋਂ ਸਟੂਡੈਂਟ ਜਾਂਦਾ, ਸਟੂਡੈਂਟ ਦੀ ਇਨੀਸ਼ੀਅਲ ਪ੍ਰਾਇੋਰਟੀ ਹੁੰਦੀ ਜੀ ਆਪਾਂ ਪੜ੍ਹਨ ਜਾਂਦਾ ਜੀ, ਸਟੂਡੈਂਟ ਪੜ੍ਹਨ ਜਾਂਦਾ ਆਈਟੀ ਦੇ ਵਿੱਚ, ਅਕਾਊਂਟਿੰਗ ਦੇ ਵਿੱਚ ਜੀ, ਜਾਂ ਕਮਿਊਨੀਕੇਸ਼ਨ ਜਾਂ ਹੋਰ ਬਹੁਤ ਸਾਰੇ ਸਬਜੈਕਟ ਹੈ ਜਿਹਦੇ 'ਚ ਪੜ੍ਹਨ ਜਾਂਦਾ। ਬਿਲਕੁਲ, ਜਦੋਂ ਇੱਕ ਵਾਰ ਸਟੂਡੈਂਟ ਪਹੁੰਚ ਜਾਂਦੀ ਹੈ ਉੱਥੇ, ਉਹਨੂੰ 20 ਘੰਟੇ ਕੰਮ ਕਰਨ ਦੀ ਆਪਸ਼ਨ ਹੁੰਦੀ ਹੈ ਜੀ। ਸਟੂਡੈਂਟ ਨੂੰ ਹੈਗਾ ਕਿ ਮੈਂ ਕੰਮ ਕਰ ਲਾਂ ਤੇ ਕੰਮ ਕਰਕੇ ਆਪਣੀ ਪੜ੍ਹਾਈ ਦੇ ਪੈਸੇ ਪੇ ਕਰਾਂ। ਬਿਲਕੁਲ, ਕਿਤੇ ਨਾ ਕਿਤੇ ਉਹ ਸਟੂਡੈਂਟ ਆਪਣਾ ਮੋਟਿਵ ਭੁੱਲ ਜਾਂਦਾ ਕਿ ਉਹਦਾ ਮੋਟਿਵ ਪੀਆਰ ਲੈਣਾ ਹੈ, ਕਿ ਉਹਦਾ ਮੋਟਿਵ ਸਟੱਡੀ ਕਰਨਾ ਹੈ, ਕਿ ਉਹਦਾ ਮੋਟਿਵ ਕੰਮ ਕਰਕੇ ਘਰ ਪੈਸੇ ਭੇਜਣ। ਜੀ ਜੀ, ਇਹ ਘਰੋਂ ਵੀ ਜਿਹੜਾ ਪ੍ਰੈਸ਼ਰ ਆਉਂਦਾ ਸਟੂਡੈਂਟ ਨੂੰ, ਇਹ ਸਾਰੀਆਂ ਚੀਜ਼ਾਂ ਮਿਲਾ ਕੇ ਸਟੂਡੈਂਟ ਆਪਣਾ ਇੱਕ ਪਾਥਵੇ ਹੁੰਦਾ ਪੀਆਰ ਵੱਲ ਦਾ, ਉਹ ਪਾਥ ਭੁੱਲ ਜਾਂਦਾ ਜੀ। ਤੇ ਉਹ ਸਟੂਡੈਂਟ ਜਿਹੜਾ, ਮਾਫ ਕਰਨਾ ਸਰ, ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ ਨਾਭਾ ਤੋਂ। ਜੀ ਹੈਲੋ। ਹੈਲੋ, ਹਾਂਜੀ, ਹੈਲੋ ਸਰ, ਗੁੱਡ ਈਵਨਿੰਗ। ਗੁੱਡ ਈਵਨਿੰਗ ਜੀ, ਕੀ ਸਵਾਲ ਹੈ ਜੀ ਤੁਹਾਡਾ? ਜੀ ਜੀ ਜੀ, ਗ੍ਰੈਜੂਏਸ਼ਨ ਕਿਹੜੇ ਈਅਰ ਚ ਕੀਤੀ ਹੈ ਜੀ ਤੁਸੀਂ? ਜੀ ਕੀ ਸਵਾਲ ਕੀ ਪੁੱਛਣਾ ਚਾਹੁੰਦੇ ਹੋ ਜੀ? ਜੀ ਹਾਂਜੀ, ਕੀ ਨਾਮ ਹੈ? ਸਵਾਲ ਤੁਸੀਂ ਸਕਰੀਨ ਤੇ ਸੁਣ ਸਕਦੇ ਹੋ ਜੀ, ਕੀ ਨਾਮ ਹੈ ਜੀ ਤੁਹਾਡਾ? ਵੀਰਪਾਲ ਜੀ, ਮੈਂ ਆਸਟ੍ਰੇਲੀਆ ਦਾ ਇੱਕ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹਾਂ, ਤੇ ਮੈਂ ਇਸ ਸ਼ੋਅ ਦੇ ਵਿੱਚ ਆਪਾਂ ਸਿਰਫ ਮੇਨਲੀ ਆਸਟ੍ਰੇਲੀਆ ਬਾਰੇ ਜੀ ਸਵਾਲ ਲੈ ਰਹੇ ਹਾਂ, ਬਟ ਕੈਨੇਡਾ ਦੇ ਰਿਗਾਰਡਿੰਗ ਤੁਸੀਂ ਸਾਡੇ ਕਿਸੇ ਵੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ, ਕਰਨਾਲ ਜਾਂ ਯਮੁਨਾ ਨਗਰ, ਕਿਸੇ ਵੀ ਬ੍ਰਾਂਚ ਵਿਜ਼ਿਟ ਕਰੋਗੇ ਉੱਥੇ ਤੁਹਾਨੂੰ ਕੈਨੇਡਾ ਦੇ ਰਿਗਾਰਡਿੰਗ ਪੂਰੀ ਇਨਫੋਰਮੇਸ਼ਨ ਦਿੱਤੀ ਜਾਏਗੀ ਜੀ। ਸੋ ਮੈਂ ਦੱਸ ਦੇਣਾ ਚਾਹੁੰਦਾ ਜੀ, ਤੁਹਾਡੇ ਕਿਸੇ ਵੀ ਤਰ੍ਹਾਂ ਦਾ ਜੇ ਸਵਾਲ ਆ, ਲਾਈਵ ਸ਼ੋਅ ਜਿਹੜਾ ਚੱਲ ਰਿਹਾ, ਤੁਸੀਂ ਆਪਣਾ ਸਵਾਲ ਜਿਹੜਾ ਸਾਨੂੰ ਕਾਲ ਕਰਕੇ ਆਪਣਾ ਸਵਾਲ ਸਰ ਤੋਂ ਪੁੱਛ ਸਕਦੇ ਹੋ। ਜਿਵੇਂ ਕਿ ਬਾਕੀ ਸਿਟੀਜ਼ ਜਿਹੜੀਆਂ ਨੇ ਸਰ ਨੇ ਦੱਸ ਦਿੱਤੀਆਂ, ਮੈਂ ਨਾਲ ਐਡ ਕਰਨਾ ਚਾਹੁੰਦਾ ਜੀ, ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਆਫਿਸ ਨੇ। ਸੋ ਸਰ, ਮੋਗਾ ਤੋਂ ਸਾਡੇ ਨਾਲ ਅਗਲੇ ਕਾਲਰ ਜਿਹੜੇ ਨੇ ਜੁੜ ਚੁੱਕੇ ਨੇ। ਹਾਂਜੀ ਜੀ, ਹੈਲੋ
ਜੀ ਕੀ ਨਾਮ ਹੈ ਜੀ ਤੁਹਾਡਾ ਤੇ ਕੀ ਸਵਾਲ ਹੈ ਤੁਹਾਡਾ? ਹੈਲੋ, ਪਲੀਜ਼ ਤੁਸੀਂ ਜਿਹੜੀ ਆਪਣੀ ਟੀਵੀ ਦੀ ਵੋਲਿਊਮ ਆ ਉਹ ਘੱਟ ਕਰ ਦਿਓ ਜਾਂ ਥੋੜਾ ਜਿਹਾ ਸਾਈਡ ਤੇ ਟੀਵੀ ਤੋਂ ਇੱਕ ਪਾਸੇ ਹੋ ਕੇ ਗੱਲ ਕਰੋ ਕਿਉਂਕਿ ਸਾਨੂੰ ਨਾਲ ਇੰਟਰਪਸ਼ਨ ਬਹੁਤ ਜ਼ਿਆਦਾ ਤੁਹਾਡੀ ਆਵਾਜ਼ ਦੇ ਵਿੱਚ ਆ ਰਹੀ ਹੈ ਜੀ। ਜੀ ਟੀਵੀ ਸੈੱਟ ਦੀ ਵੋਲਿਊਮ ਜਿਹੜੀ ਆ ਤੁਹਾਡੀ ਥੋੜੀ ਜਿਹੀ ਘੱਟ ਕਰ ਲਓ ਜੀ ਜਾਂ ਉਹਨੂੰ ਮਿਊਟ ਕਰ ਦਿਓ ਜੀ। ਜੀ 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 ਆਪਣਾ ਸਵਾਲ ਜਿਹੜਾ ਤੁਸੀਂ ਟੀਵੀ ਸੈੱਟ ਤੇ ਸੁਣ ਸਕਦੇ ਹੋ ਜੀ ਸਰ। ਹਾਂਜੀ ਚਰਨਜੀਤ ਜੀ, ਅਗੇਨ ਕੈਨੇਡਾ ਦੇ ਰਿਗਾਰਡਿੰਗ ਕੋਈ ਵੀ ਤੁਹਾਡਾ ਸਵਾਲ ਹੈਗਾ ਤੁਸੀਂ ਸਾਡੇ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਹੋ। ਇਨ ਟਰਮਸ ਆਫ ਜੇ ਆਪਾਂ ਆਸਟ੍ਰੇਲੀਆ ਦੇ ਵਿੱਚ ਨਰਸਿੰਗ ਨੂੰ ਲੈ ਕੇ ਆਪਸ਼ਨਸ ਦੇਖੀਏ ਜੀ, ਤੇ ਜਿਨ੍ਹਾਂ ਨੇ ਨਰਸਿੰਗ ਕੀਤੀ ਹੋਈ ਹੈ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਇੱਕ ਆਇਨ ਪ੍ਰੋਗਰਾਮ ਹੁੰਦਾ ਸੀਗਾ, ਸ਼ਾਰਟ ਕੋਰਸ ਹੁੰਦਾ ਸੀ ਜਿਹਨੂੰ ਕੰਪਲੀਟ ਕਰਕੇ ਤੁਹਾਡੀ ਰਜਿਸਟ੍ਰੇਸ਼ਨ ਲਈ ਤੁਸੀਂ ਐਲੀਜੀਬਲ ਹੁੰਦੇ ਸੀ, ਪਲੱਸ ਥੋੜਾ ਜਿਹਾ ਅਦਰ ਕ੍ਰਾਈਟੀਰੀਆ ਜਿੱਦਾਂ ਕਿ ਇੰਗਲਿਸ਼ ਨੂੰ ਲੈ ਲਈਏ ਜਿਹਦੇ 7 ਬੈਂਡ ਈਚ ਚਾਹੀਦੇ ਸੀ ਆਇਲਟਸ, ਉਹ ਕ੍ਰਾਈਟੀਰੀਆ ਮੀਟ ਕਰਕੇ ਤੁਸੀਂ ਰਜਿਸਟ੍ਰੇਸ਼ਨ ਲਈ ਐਲੀਜੀਬਲ ਹੁੰਦੇ ਸੀ ਜੀ। ਹੁਣ ਉਹ ਪ੍ਰੋਗਰਾਮ ਖਤਮ ਕਰ ਦਿੱਤਾ ਗਿਆ ਤੇ ਨਵਾਂ ਪ੍ਰੋਗਰਾਮ ਜਿਹੜਾ ਕਿ ਫਰਵਰੀ ਦੇ ਵਿੱਚ ਸ਼ੁਰੂ ਹੋਏਗਾ ਉਹਦੀ ਜਦੋਂ ਹੀ ਇਨਫੋਰਮੇਸ਼ਨ ਆਉਂਦੀ ਹੈ, ਹਜੇ ਕੋਈ ਕਾਲਜ ਡਿਲੀਵਰ ਨਹੀਂ ਕਰ ਰਹੇ, ਜਦੋਂ ਵੀ ਉਹਦੀ ਇਨਫੋਰਮੇਸ਼ਨ ਕੋਈ ਆਉਂਦੀ ਹੈ ਉਹ ਸ਼ੇਅਰ ਕੀਤੀ ਜਾਏ ਜੀ। ਸਰ ਪੀ ਆਰ ਦੇ ਰਿਗਾਰਡਿੰਗ ਤੁਸੀਂ ਜਿਹੜੀ ਇਨਫੋਰਮੇਸ਼ਨ ਦੇਖਣਾ ਸੀਗੇ ਜੀ, ਦੇਖੋ ਜੀ ਪਤਾ ਕੀ ਹੈ, ਇੱਕ ਪਾਥਵੇ ਹੈਗਾ ਪੀ ਆਰ ਜੀ, ਠੀਕ ਹੈ, ਆਸਟ੍ਰੇਲੀਆ ਦੀ ਇੱਕ ਲਿਸਟ ਹੈਗੀ ਜਿਹਨੂੰ ਮੀਡੀਅਮ ਤੋਂ ਲੌਂਗ ਟਰਮ ਲਿਸਟ ਕਿਹਾ ਜਾਂਦਾ, ਜਿਹਨੂੰ ਕਹਿ ਲਈਏ ਚੰਗੀ ਲਿਸਟ ਜੀ। ਜੇ ਤੁਹਾਡਾ ਕੋਰਸ ਉਸ ਲਿਸਟ ਦੇ ਵਿੱਚ ਆਂਦਾ ਹੈ ਇਹਦਾ ਮੀਨਸ ਉਹ ਸਕਿੱਲ ਤੁਹਾਡੇ ਕੋਲ ਹੈਗਾ, ਤੁਸੀਂ ਪੀ ਆਰ ਲਈ ਐਲੀਜੀਬਲ ਹੁੰਦੇ ਹੋ ਜੀ। ਤੇ ਜਦੋਂ ਤੁਸੀਂ ਪੀ ਆਰ ਅਪਲਾਈ ਕਰਦੇ ਹੋ ਇੱਕ ਪੁਆਇੰਟ ਬੇਸ ਦੇ ਉੱਤੇ ਚੱਲਦੀ ਹੈ ਪੀ ਆਰ ਜੀ। ਜੇ ਅੱਜ ਤੋਂ 5 ਦਿਨ ਪਹਿਲਾਂ ਦੀ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਬਲਕ ਆਫ ਰੂਲਸ ਚੇਂਜ ਹੋਏ ਆ ਜਿਹਦੇ ਚ ਰੀਜਨਲ ਨੂੰ ਪ੍ਰਾਇਰਟੀ ਪ੍ਰੋਸੈਸਿੰਗ ਦੇ ਵਿੱਚ ਪਾਇਆ ਗਿਆ ਜੀ, ਤੇ ਐਕਸਟਰਾ ਪੁਆਇੰਟਸ ਵੀ ਅਲੋਕੇਟ ਕੀਤੇ ਗਏ ਜੀ। ਜੇ ਤੁਸੀਂ ਉਹ ਪੁਆਇੰਟ ਆਪਣੇ ਜ਼ਿਆਦਾ ਤੋਂ ਜ਼ਿਆਦਾ ਕਰਦੇ ਹੋ, ਕੋਰਸ ਉਹ ਪੜ੍ਹਦੇ ਹੋ, ਤੁਸੀਂ ਪੀ ਆਰ ਲਈ ਐਲੀਜੀਬਲ ਹੁੰਦੇ ਹੋ ਜੀ। ਕਿਤੇ ਨਾ ਕਿਤੇ ਸਟੂਡੈਂਟ ਇਹ ਭੁੱਲਦਾ ਜਾ ਰਿਹਾ ਹੈ ਕਿ ਉਹਨਾਂ ਕੋਰਸਾਂ ਦਾ, ਬਿਜ਼ਨਸ ਕੋਰਸਿਸ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਵਿੱਚ ਪੀ ਆਰ ਨਹੀਂ ਹੈ ਜੀ। ਜੀ ਅੱਜ ਦੀ ਡੇਟ ਦੇ ਵਿੱਚ ਟ੍ਰੇਡ ਕੋਰਸਿਸ ਜਿੱਦਾਂ ਆਪਾਂ ਲੈ ਲਈਏ, ਕਾਰਪੈਂਟਰੀ, ਪਲੰਬਿੰਗ ਜੀ, ਪੇਂਟਿੰਗ, ਇਦਾਂ ਦੇ ਬਹੁਤ ਸਾਰੇ ਕੋਰਸ ਹੈ ਜਿਨ੍ਹਾਂ ਦਾ ਪੀ ਆਰ ਦਾ ਪਾਥਵੇ ਬਣਦਾ ਜੀ। ਜੀ ਬਿਲਕੁਲ ਸਰ, ਜਲੰਧਰ ਤੋਂ ਸਾਡੇ ਅਗਲੇ ਕਾਲਰ ਜਿਹੜੇ ਨੇ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ, ਹੈਲੋ ਜੀ, ਕੀ ਨਾਮ ਹੈ ਜੀ ਤੁਹਾਡਾ ਤੇ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਸਰ ਤੋਂ? ਜੀ ਹਾਂਜੀ, ਹਾਂਜੀ ਹਾਂਜੀ, ਕੀ ਨਾਮ ਹੈ ਜੀ ਤੁਹਾਡਾ, ਸੁਣ ਰਿਹਾ? ਹਾਂਜੀ, ਹੈਲੋ, ਮੈਨੂੰ ਲੱਗਦਾ ਜੀ ਨੈਟਵਰਕ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਜੀ। ਜੀ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ ਸਰ, ਸਵਾਲ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਜੀ ਹਾਂਜੀ ਅਰਵਿੰਦਰ ਜੀ, ਪਹਿਲਾਂ ਕਿਸੇ ਕੰਟਰੀ ਟ੍ਰੈਵਲ ਹੋ ਅਰਵਿੰਦਰ ਜੀ? ਹੈਲੋ, ਠੀਕ ਹੈ ਜੀ, ਕੋਈ ਰਿਸ਼ਤੇਦਾਰ, ਕੋਈ ਦੋਸਤ ਯਾਰ ਮਿੱਤਰ ਰਹਿੰਦਾ ਜੀ ਤੁਹਾਡਾ ਉੱਥੇ ਆਸਟ੍ਰੇਲੀਆ ਜੀ? ਤੇ ਆਸਟ੍ਰੇਲੀਆ ਰਹਿੰਦਾ ਜੀ ਤੁਹਾਡਾ ਕੋਈ? ਹਾਂਜੀ,
ਦੇਖੋ ਆਸਟ੍ਰੇਲੀਆ ਚ ਵਿਜ਼ਿਟਰ ਵੀਜ਼ਾ ਦਾ ਜੀ ਦੇਖੋ ਸਿੰਪਲ ਜੀ ਚੀਜ਼ ਹੈ, ਕੇਸ ਆਫੀਸਰ ਕੀ ਸੋਚਦਾ ਜਦੋਂ ਉਹਨੇ ਵਿਜ਼ਿਟਰ ਵੀਜ਼ਾ ਦੇਣਾ ਹੁੰਦਾ ਹੈ ਇੰਡੀਆ ਤੋਂ, ਕਿ ਜੇ ਇਹਨਾਂ ਨੂੰ ਆਪਾਂ ਵਿਜ਼ਿਟਰ ਵੀਜ਼ਾ ਦਈਏ ਇਹ ਵਾਪਸ ਇੰਡੀਆ ਆਣਗੇ ਜੀ, ਜੇ ਆਣਗੇ ਤੇ ਇਹਨਾਂ ਦਾ ਇੰਡੀਆ ਦੇ ਵਿੱਚ ਕੀ ਹੈ ਜਿਹਦੇ ਕੋਲ ਵਾਪਸ ਆਣਗੇ? ਬਿਲਕੁਲ ਕਿਸੇ ਤਰ੍ਹਾਂ ਦੀ ਤੁਹਾਡੀ ਇਨਵੈਸਟਮੈਂਟ, ਤੁਹਾਡੀ ਪ੍ਰੋਪਰਟੀ ਜੀ, ਤੁਹਾਡੇ ਫਾਈਨੈਂਸ਼ੀਅਲਸ, ਤੁਹਾਡੀ ਸੇਵਿੰਗਸ, ਤੁਹਾਡਾ ਕੰਮ, ਤੁਹਾਡਾ ਬਿਜ਼ਨਸ, ਤੁਹਾਡੀ ITR, ਇਹ ਸਭ ਚੀਜ਼ਾਂ ਮਿਲਾ ਕੇ ਇੱਕ ਵਿਜ਼ਿਟਰ ਵੀਜ਼ਾ ਦੀ ਅੱਛੀ ਪ੍ਰੋਫਾਈਲ ਬਣਾਉਂਦੇ ਜੀ। ਹਰ ਫਾਈਲ ਦੇ ਜੀ ਪੋਜ਼ਿਟਿਵ ਨੈਗੇਟਿਵ ਹੁੰਦੇ ਜੀ ਜੀ। ਆਪਾਂ ਜਦੋਂ ਫਾਈਲ ਤੁਹਾਡੀ ਐਮਬੈਸੀ ਚ ਪਾਣੀ ਹੈ, ਆਪਾਂ ਜਿਹੜੇ ਤੁਹਾਡੇ ਪੋਜ਼ਿਟਿਵਸ ਹੈ ਉਹਨੂੰ ਜ਼ਿਆਦਾ ਹਾਈਲਾਈਟ ਕਰਕੇ ਤੁਹਾਡੀ ਫਾਈਲ ਪੈਣੀ ਹੈ, ਤੇ ਜਿਹੜੇ ਨੈਗੇਟਿਵਸ ਹੈ ਉਹਨੂੰ ਰਿਵਿਊ ਕੀਤਾ ਜਾਂਦਾ ਹੈ ਕਿ ਕੀ ਚੀਜ਼ ਤੁਹਾਡੇ ਅਗੇਂਸਟ ਜਾਂਦੀ ਹੈ, ਤੇ ਉਹਨੂੰ ਵੀ ਕੇਸ ਆਫੀਸਰ ਨੂੰ ਐਡਰੈਸ ਕੀਤਾ ਜਾਂਦਾ ਹੈ ਜੀ ਜੀ। ਵਿਜ਼ਿਟਰ ਵੀਜ਼ਾ ਪਾਣਾ ਔਖਾ ਕੰਮ ਨਹੀਂ ਹੈਗਾ, ਵਿਜ਼ਿਟਰ ਵੀਜ਼ਾ ਲੈਣਾ ਔਖਾ ਕੰਮ ਜੀ। ਪਾਣ ਲਈ ਜੀ 15 ਮਿੰਟ ਲੱਗਦੇ ਆ ਆਨਲਾਈਨ ਜਾ ਕੇ, $150 ਫੀਸ ਹੈ ਜੀ। ਬਟ ਵਿਜ਼ਿਟਰ ਵੀਜ਼ਾ ਲੈਣਾ ਇੱਕ ਐਕਸਪੀਰੀਅੰਸ ਏਜੰਟ ਹੀ ਤੁਹਾਨੂੰ ਇਹ ਦਵਾ ਸਕਦਾ ਬੇਸਡ ਔਨ ਕਿ ਤੁਹਾਡੇ ਫਾਈਲ ਦੇ ਕੀ ਮੈਰਿਟਸ ਨੇ ਜੀ ਜੀ ਜੀ। ਬਿਲਕੁਲ ਦਰਸ਼ਕੋ, ਮੈਂ ਇੱਕ ਵਾਰ ਫਿਰ ਦੱਸ ਦੇਣਾ ਚਾਹੁੰਦਾ ਜੀ, ਓਮ ਗਲੋਬਲ ਤੋਂ ਸੁਮਿਤ ਖੰਨਾ ਸਰ ਸਾਡੇ ਸਟੂਡੀਓ ਦੇ ਵਿੱਚ ਲਗਾਤਾਰ ਬਣੇ ਹੋਏ ਨੇ ਜੀ। ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ, ਖੰਨਾ, ਯਮੁਨਾ ਨਗਰ ਤੇ ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਇਹਨਾਂ ਦੇ ਜਿਹੜੇ ਆਫਿਸ ਨੇ। ਸਰ, ਇਸ ਚੀਜ਼ ਨਾਲ ਕਿੰਨਾ ਕੁ ਫਰਕ ਪੈਂਦਾ ਵੀ ਜਿਵੇਂ ਜੇ ਮੈਂ ਗੱਲ ਕਰਾਂ ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਤੁਹਾਡੇ ਆਫਿਸ ਨੇ, ਬੱਚੇ ਇੱਥੋਂ ਫਾਈਲ ਲਵਾ ਕੇ ਚਲੇ ਜਾਂਦੇ ਨੇ, ਤੇ ਉੱਥੇ ਜਿਹੜਾ ਤੁਹਾਡਾ ਆਫਿਸ ਹੋਣ ਦਾ ਬੱਚਿਆਂ ਨੂੰ ਕੀ ਬੈਨੀਫਿਟ ਪੈਂਦਾ? ਦੇਖੋ ਜੀ, ਇੱਕ ਸਟੂਡੈਂਟ ਜਦੋਂ ਇੰਡੀਆ ਤੋਂ ਆਪਣਾ ਸਟੂਡੈਂਟ ਵੀਜ਼ਾ ਲਵਾਉਂਦਾ, ਇੱਕ ਏਜੰਟ ਦੇ ਨਾਲ ਉਹਦਾ ਐਗਰੀਮੈਂਟ ਹੁੰਦਾ ਸਟੂਡੈਂਟ ਵੀਜ਼ੇ ਦਾ ਜੀ। ਸਟੂਡੈਂਟ ਦਾ ਜਦੋਂ ਸਟੂਡੈਂਟ ਵੀਜ਼ਾ ਲੱਗ ਜਾਂਦਾ ਉਹ ਪਹੁੰਚ ਜਾਂਦਾ ਜੀ ਆਸਟ੍ਰੇਲੀਆ ਜੀ। ਉਸ ਏਜੰਟ ਨਾਲ ਉਹਦਾ ਕੋਈ ਟੱਚ ਨਹੀਂ, ਜੋ ਉਹਨਾਂ ਦਾ ਐਗਰੀਮੈਂਟ ਹੁੰਦਾ ਉਸ ਹਿਸਾਬ ਨਾਲ ਉਹਨਾਂ ਦਾ ਐਗਰੀਮੈਂਟ ਖਤਮ ਜਦੋਂ ਵੀਜ਼ਾ ਆ ਗਿਆ ਜੀ। ਮਾਫ ਕਰਨਾ ਸਰ, ਇੱਥੋਂ ਹੀ ਆਪਾਂ ਦੁਬਾਰਾ ਕੰਟੀਨਿਊ ਕਰਾਂਗੇ, ਸਾਡੇ ਅਗਲੇ ਕਾਲਰ ਜਿਹੜੇ ਨੇ ਸਾਡੇ ਨਾਲ ਜੁੜ ਚੁੱਕੇ ਨੇ। ਹਾਂਜੀ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ ਤੇ ਕੀ ਸਵਾਲ ਪੁੱਛਣਾ ਚਾਹੁੰਦੇ ਹੋ? ਜੀ ਗੁਰਪ੍ਰੀਤ ਜੀ, ਜੀ ਹਾਂਜੀ, ਜੀ ਹਾਂਜੀ ਗੁਰਪ੍ਰੀਤ ਜੀ, ਬਹੁਤ ਅੱਛੇ ਚਾਂਸਿਸ ਹੈ ਜੀ। ਤੁਸੀਂ ਰੀਸੈਂਟ ਪਾਸ ਆਊਟ ਹੋ, ਇੰਗਲਿਸ਼ ਚ ਬੈਂਡ ਵੀ ਤੁਹਾਡੇ ਅੱਛੇ ਹੈ, ਦਿਸ ਇਜ਼ ਦ ਪਰਫੈਕਟ ਟਾਈਮ ਜੇ ਤੁਸੀਂ ਮਾਸਟਰਸ ਸ਼ਹਿਰ ਚੂਜ਼ ਕਰ ਸਕਦੇ ਹੋ, ਕਿਹੜੇ ਸ਼ਹਿਰ ਵਿੱਚ ਪੜ੍ਹਨਾ ਚਾਹੁੰਦੇ ਹੋ, ਉਸ ਹਿਸਾਬ ਨਾਲ ਤੁਹਾਨੂੰ ਆਪਸ਼ਨਸ ਦਿੱਤੀਆਂ ਜਾਣਗੀਆਂ ਕਿ ਕਿਹੜੇ ਕਾਲਜਿਸ, ਕਿਹੜੀ ਯੂਨੀਵਰਸਿਟੀਜ਼ ਅਵੇਲੇਬਲ ਹੈਗੀ ਜੀ। ਮਾਸਟਰਸ ਦਾ ਪ੍ਰੋਗਰਾਮ ਤੁਹਾਡੀ BCA ਨਾਲ ਰਿਲੇਟਡ ਬਿਲਕੁਲ ਮਿਲ ਸਕਦਾ, ਤੇ ਉਹਦੇ ਬੇਸ ਤੇ ਤੁਹਾਡਾ ਵੀਜ਼ਾ ਅਪਲਾਈ ਹੋਏਗਾ ਜੀ। ਨੈਕਸਟ ਇਨਟੇਕ ਜੀ ਫਰਵਰੀ ਇਨਟੇਕ ਹੈ, ਹਜੇ ਵੀ ਟਾਈਮ ਹੈਗਾ, ਐਡਮਿਸ਼ਨਸ ਹੋ ਰਹੀਆਂ। ਦਸੰਬਰ ਦੇ ਵਿੱਚ ਇੱਕ ਸ਼ਾਰਟ ਬ੍ਰੇਕ ਹੁੰਦੀ ਹੈ ਆਸਟ੍ਰੇਲੀਆ ਦੇ ਵਿੱਚ, ਜਿਸ ਚ ਐਡਮਿਸ਼ਨਸ ਦਾ ਪ੍ਰੋਸੈਸ ਥੋੜਾ ਜਿਹਾ ਰੁਕਦਾ, ਬਟ ਫਿਰ ਵੀ ਇਨਫ ਟਾਈਮ ਹੈ ਤੁਹਾਡੇ ਕੋਲ ਨੈਕਸਟ ਇਨਟੇਕ ਅਪਲਾਈ ਕਰਨ ਲਈ ਜੀ। ਸਰ, ਗੱਲਬਾਤ ਚੱਲ ਰਹੀ ਸੀ ਤੁਹਾਡੇ ਆਫਿਸਿਸ ਨੂੰ ਲੈ ਕੇ, ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਸਟੂਡੈਂਟਸ ਨੇ, ਇਸ ਚੀਜ਼ ਦਾ ਲਾਹਾ ਕਿਵੇਂ ਲੈ ਸਰ ਜੀ? ਦੇਖੋ, ਜਦੋਂ ਸਟੂਡੈਂਟ ਆਸਟ੍ਰੇਲੀਆ ਸਾਡੇ ਕੋਲ ਪਹੁੰਚਦਾ, ਇੱਕ ਸਟੂਡੈਂਟ ਦਾ ਸਾਡੇ ਨਾਲ ਰਿਲੇਸ਼ਨਸ਼ਿਪ ਘੱਟੋ ਘੱਟ 5 ਸਾਲ ਚੱਲਦਾ ਜੀ। ਸਟੂਡੈਂਟ ਜਦੋਂ ਆਸਟ੍ਰੇਲੀਆ ਪਹੁੰਚਦਾ, ਸਟੂਡੈਂਟ ਨੇ ਕੋਰਸ ਚੇਂਜ ਕਰਾਉਣਾ ਜੀ, ਕੋਰਸ ਉਹ ਪੜ੍ਹਨਾ ਜਿਹਦੇ ਵਿੱਚ PR ਹੈ ਜੀ। ਕੋਰਸ ਚੇਂਜ ਕਰਾਉਣ ਤੋਂ ਬਾਅਦ ਸਟੂਡੈਂਟ ਦੀ TR, ਸਕਿੱਲ ਅਸੈਸਮੈਂਟ, ਜੋਬ ਰੈਡੀ ਪ੍ਰੋਗਰਾਮ ਜੀ, ਤੇ PR ਤੇ EOI, ਜਿੰਨੀ ਸਾਰੀ ਆਪਸ਼ਨਸ ਹੈਗੀਆਂ ਇੱਕ PR ਤੱਕ ਪਹੁੰਚਦੇ ਉਹ ਸਟੂਡੈਂਟ ਆਪਣੇ ਏਜੰਟ ਨਾਲ ਹੀ ਡਿਸਕਸ ਕਰਦਾ। ਜਦੋਂ ਵੀ ਕੋਈ ਰੂਲ ਚੇਂਜ ਹੁੰਦੇ ਆ ਆਸਟ੍ਰੇਲੀਆ ਦੇ ਵਿੱਚ, ਇੱਕ ਸਟੂਡੈਂਟ ਦਾ ਬਹੁਤ ਜ਼ਰੂਰੀ ਹੈ ਜਾਣਨਾ ਕਿ ਉਹ ਜਿਹੜੇ ਰੂਲਸ ਚੇਂਜ ਹੋਏ ਆ ਉਹਦੇ ਫਾਇਦੇ ਵਿੱਚ ਹੋਏ ਆ ਕਿ ਨਹੀਂ ਜੀ, ਜਾਂ ਕਿਹੜੀ ਚੀਜ਼ ਸਟੂਡੈਂਟ ਚੇਂਜ ਕਰ ਸਕਦਾ ਤਾਂ ਕਿ ਉਹ ਜਿਹੜੇ ਰੂਲ ਚੇਂਜ ਨੇ ਉਹਨਾਂ ਦੇ ਫੇਵਰ ਵਿੱਚ ਜਾਣ ਜੀ। ਤੇ ਇਸ ਲਈ ਇਹ ਰਿਲੇਸ਼ਨਸ਼ਿਪ ਸਾਡਾ ਸਟੂਡੈਂਟਸ ਦੇ ਨਾਲ ਜਿਹੜਾ ਚੱਲਦਾ ਬਹੁਤ ਲੰਮਾ ਚੱਲਦਾ,
ਤੇ ਉਹਨਾਂ ਨੇ ਆਪਣੇ ਫਾਦਰਸ ਨੂੰ ਬੁਲਾਉਣਾ, ਬ੍ਰਦਰ ਨੂੰ ਬੁਲਾਉਣਾ, ਸਿਸਟਰ ਨੂੰ ਬੁਲਾਉਣਾ, ਇਹ ਸਾਰਾ ਪ੍ਰੋਸੈਸ ਇੱਕ ਏਜੰਟ ਰਾਹੀਂ ਰਹਿੰਦਾ ਜੀ। ਇੱਕ ਰਿਲੇਸ਼ਨਸ਼ਿਪ ਆਪਾਂ ਕਾਇਮ ਕਰਦੇ ਹਾਂ ਉਸ ਸਟੂਡੈਂਟ ਦੇ ਨਾਲ, ਨਾ ਕਿ ਇੱਕ ਇਕੱਲਾ ਐਗਰੀਮੈਂਟ ਹੁੰਦਾ ਸਟੂਡੈਂਟ ਵੀਜ਼ੇ ਜਾਂ ਵਿਜ਼ਿਟਰ ਵੀਜ਼ੇ। ਜੀ 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 ਬਿਲਕੁਲ ਬਿਲਕੁਲ। ਦਰਕੋ ਮੈਂ ਦੱਸ ਦੇਣਾ ਚਾਹੁੰਦਾ ਜੀ, ਜਿਹੜਾ ਓਮ ਗਲੋਬਲ ਵੱਲੋਂ ਕਾਫੀ ਕੰਟਰੀਜ਼ ਦਾ ਜਿਹੜਾ ਸਟੱਡੀ ਵੀਜ਼ਾ ਅਪਲਾਈ ਕੀਤਾ ਜਾਂਦਾ, ਬਟ ਅੱਜ ਦਾ ਜਿਹੜਾ ਪ੍ਰੋਗਰਾਮ ਆ ਖਾਸ ਤੌਰ ਤੇ ਆਸਟ੍ਰੇਲੀਆ ਨੂੰ ਲੈ ਕੇ ਸਰ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ, ਸਰ ਪ੍ਰੋਸੈਸਿੰਗ ਟਾਈਮ ਦੀ ਜੇ ਮੈਂ ਗੱਲ ਕਰਾਂ, ਕਿਤੇ ਨਾ ਕਿਤੇ ਕਾਫੀ ਸਟੂਡੈਂਟਸ ਦੀ ਇੱਕ ਕੁਐਰੀ ਸਾਡੇ ਕੋਲੇ ਪਹੁੰਚੀ ਆ ਵੀ ਆਫਰ ਲੈਟਰ ਨੂੰ ਲੈ ਕੇ ਬਹੁਤ ਟਾਈਮ ਲੱਗ ਗਿਆ, ਜਾਂ ਸਾਡਾ ਜਿਹੜਾ ਅਪਰੂਵ ਨਹੀਂ ਹੋਇਆ, ਜਾਂ ਇੱਕ ਪ੍ਰੋਸੈਸਿੰਗ ਟਾਈਮ ਜ਼ਿਆਦਾ ਲੈਂਥੀ ਹੋ ਗਿਆ ਜੀ, ਉਹਦੇ ਪਿੱਛੇ ਕੀ ਰੀਜ਼ਨ ਹੁੰਦਾ ਤੇ ਓਵਰਆਲ ਪ੍ਰੋਸੈਸ ਕਿੰਨੇ ਟਾਈਮ ਦਾ ਆਸਟ੍ਰੇਲੀਆ ਸਟੱਡੀ ਵੀਜ਼ੇ ਦਾ? ਦੋ ਤਰ੍ਹਾਂ ਦੇ ਪ੍ਰੋਸੈਸਿੰਗ ਟਾਈਮ ਹੈ। ਸਭ ਤੋਂ ਪਹਿਲਾਂ ਜਦੋਂ ਇੱਕ ਸਟੂਡੈਂਟ ਪਰਸਿਊ ਕਰਦਾ ਆਪਣੀ ਐਪਲੀਕੇਸ਼ਨ, ਉਹ ਐਪਲੀਕੇਸ਼ਨ ਸਟੂਡੈਂਟ ਦੇ ਟ੍ਰਾਂਸਕ੍ਰਿਪਟ, ਸਟੂਡੈਂਟ ਦੇ ਅਕੈਡੈਮਿਕਸ, ਉਹਨਾਂ ਦੇ ਆਈਲਟਸ ਸਕੋਰ, ਜਾਂ ਕਦੋਂ ਉਹਨਾਂ ਨੇ ਪੜ੍ਹਾਈ ਖਤਮ ਕੀਤੀ, ਉਹਦੇ ਬੇਸ ਦੇ ਉੱਤੇ ਇੱਕ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤੀ ਜਾਂਦੀ ਜੀ। ਜਿਹੜੇ ਏਜੰਟ ਨੂੰ ਐਡਮਿਸ਼ਨ ਕ੍ਰਾਈਟੀਰੀਆ ਪਤਾ ਜੀ ਉਸ ਕਾਲਜ ਜਾਂ ਯੂਨੀਵਰਸਿਟੀ ਦਾ ਜਾਂ ਉਸ ਕੋਰਸ ਦਾ ਜਿਹਦੇ ਵਿੱਚ ਐਡਮਿਸ਼ਨ ਅਪਲਾਈ ਕੀਤੀ ਜਾਂਦੀ ਹੈ, ਉਸ ਏਜੰਟ ਨੂੰ ਬਹੁਤ ਟਾਈਮ ਨਹੀਂ ਲੱਗਦਾ ਇੱਕ ਸਟੂਡੈਂਟ ਲਈ ਆਫਰ ਲੈਟਰ ਲੈਂਦੇ ਜਦੋਂ ਆਪਾਂ ਅਪਲਾਈ ਕਰਦੇ ਹਾਂ। ਬਾਕੀ ਡਿਪੈਂਡ ਕਰਦਾ ਜੀ ਯੂਨੀਵਰਸਿਟੀ ਦੇ ਕਾਲਜ ਤੇ ਕਿੰਨੇ ਐਕਟਿਵ ਨੇ। ਯੂਜਲੀ ਜੇ ਆਪਾਂ ਦੇਖੀਏ ਔਨ ਐਨ ਐਵਰੇਜ ਹਰ ਕਾਲਜ ਜਾਂ ਹਰ ਯੂਨੀਵਰਸਿਟੀ ਵਿਦ ਇਨ 1 ਵੀਕ ਤੁਹਾਨੂੰ ਆਫਰ ਲੈਟਰ ਇਸ਼ੂ ਕਰ ਦਿੰਦਾ ਜੀ। ਸਭ ਤੋਂ ਪਹਿਲਾਂ ਇੱਕ ਕੰਡੀਸ਼ਨਲ ਆਫਰ ਲੈਟਰ ਇਸ਼ੂ ਕੀਤੀ ਜਾਂਦੀ ਹੈ, ਜਿਹਦੇ 'ਚ ਮੇਨਲੀ ਕੰਡੀਸ਼ਨ ਹੁੰਦੀ ਹੈ ਜੀ ਤੁਹਾਡੇ ਫੰਡਸ ਦਿਖਾਉਣ ਦੀ ਜਾਂ ਆਈਲਟਸ ਦਿਖਾਉਣ ਦੀ, ਏਦਾਂ ਦਾ ਕੋਈ ਜੀ। ਤੇ ਜਦੋਂ ਕੰਡੀਸ਼ਨਸ ਨੂੰ ਆਪਾਂ ਪੂਰੀਆਂ ਕਰਦੇ ਹਾਂ, ਉਸ ਤੋਂ ਬਾਅਦ ਸਾਨੂੰ ਅਨਕੰਡੀਸ਼ਨਲ ਆਫਰ ਲੈਟਰ ਮਿਲਦੀ ਹੈ। ਅਨਕੰਡੀਸ਼ਨਲ ਆਫਰ ਲੈਟਰ ਦੇ ਉੱਤੇ ਆਪਾਂ ਫੀਸ ਪੇ ਕਰਦੇ ਹਾਂ ਤੇ ਇੱਕ ਸਾਨੂੰ COE ਇਸ਼ੂ ਕੀਤੀ ਜਾਂਦੀ ਹੈ ਜੀ। COE ਇਸ਼ੂ ਹੋਣ ਤੋਂ ਬਾਅਦ ਸਟੂਡੈਂਟ ਦਾ ਬਾਕੀ ਡਾਕੂਮੈਂਟੇਸ਼ਨ ਦੇ ਨਾਲ ਵੀਜ਼ਾ ਅਪਲਾਈ ਕਰਨਾ ਕੀਤਾ ਜਾਂਦਾ ਜੀ। ਨਾ ਇੱਥੇ ਇੱਕ ਬਹੁਤ ਇੰਟਰਸਟਿੰਗ ਪਾਰਟ ਹੈ ਜੀ, ਜਦੋਂ ਸਟੂਡੈਂਟ ਦਾ ਵੀਜ਼ਾ ਅਪਲਾਈ ਕੀਤਾ ਜਾਂਦਾ ਐਮਬੈਸੀ ਦੇ ਵਿੱਚ, ਉਹ ਪ੍ਰੋਸੈਸਿੰਗ ਟਾਈਮ ਡਿਪੈਂਡ ਕਰਦੀ ਹੈ ਐਮਬੈਸੀ ਦੇ ਪ੍ਰੋਸੈਸਿੰਗ ਟਾਈਮ ਜੀ। ਔਨ ਐਨ ਐਵਰੇਜ ਜੇ ਦੇਖਿਆ ਜਾਏ ਅੰਬੈਸੀ ਦਾ ਪ੍ਰੋਸੈਸਿੰਗ ਟਾਈਮ ਹੈ ਕੁਛ 40 ਦਿਨ ਤੋਂ ਲੈ ਕੇ 2 ਮਹੀਨੇ ਤੱਕ ਜੀ। ਬਹੁਤ ਸਾਰੇ ਕੇਸਿਸ ਸਾਡੇ ਕੋਲ ਇਹੋ ਜਿਹੇ ਹੈ ਜਿਨ੍ਹਾਂ ਵਿੱਚ ਆਟੋ ਗ੍ਰਾਂਟ ਵੀਜ਼ਾ ਜੀ। ਮੇਰੇ ਕਹਿਣ ਦਾ ਮਤਲਬ ਆਟੋ ਗ੍ਰਾਂਟ ਕਿ ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਹਾਂ ਜੀ, ਅਕਾਊਂਟ 'ਚ ਪੈਸੇ ਕੱਟੇ ਜਾਂਦੇ, ਸਬਮਿਟ ਹੁੰਦਾ ਤੇ ਉਸੇ ਵੇਲੇ ਤੁਹਾਡਾ ਵੀਜ਼ਾ ਇਸ਼ੂ ਹੁੰਦਾ ਜੀ। ਤੇ ਇਹ ਸਿਨਾਰੀਓ ਜ਼ਿਆਦਾਤਰ ਜਦੋਂ ਆਪਾਂ ਲੈਵਲ 1 ਦੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਦੇ ਹਾਂ ਜੀ, ਉਦੋਂ ਇਹ ਸਿਨਾਰੀਓ ਹੁੰਦਾ ਜੀ। ਤੇ ਸਾਡੇ ਬਹੁਤ ਸਾਰੇ ਸਟੂਡੈਂਟ ਹੈ ਤੇ ਬਹੁਤ ਸਾਰੇ ਸਾਡੇ ਟਾਈ ਅਪ ਹੈ ਯੂਨੀਵਰਸਿਟੀਜ਼ ਦੇ ਨਾਲ ਜੀ, ਜਿਨ੍ਹਾਂ ਦੇ ਵਿੱਚ ਇਹ ਸਿਨਾਰੀਓ ਹੋਇਆ ਤੇ ਆਟੋ ਗ੍ਰਾਂਟ ਵੀ ਆਏ ਸਟੂਡੈਂਟ ਜੀ। ਸੋ ਸਰ ਸਿੱਧਾ ਸਿੱਧਾ ਇਹ ਕਿਹਾ ਜਾ ਸਕਦਾ ਵੀ ਜਿਹੜੇ ਕਾਲਜ ਦੇ ਵਿੱਚ ਬੱਚਾ ਐਡਮਿਸ਼ਨ ਲੈ ਰਿਹਾ ਇਸ ਚੀਜ਼ ਦੇ ਉੱਤੇ ਵੀ ਬਹੁਤ ਜ਼ਿਆਦਾ ਡਿਪੈਂਡ ਕਰਦਾ ਵੀਜ਼ਾ ਗ੍ਰਾਂਟ? ਬਿਲਕੁਲ, ਬਹੁਤ ਡਿਪੈਂਡ ਕਰਦਾ ਹੈ ਲੈਵਲ 1, ਲੈਵਲ 2 ਤੇ ਲੈਵਲ 3 ਜੀ। ਇੰਡੀਆ ਲੈਵਲ 3 ਦੇ ਵਿੱਚ ਹੋਣ ਕਰਕੇ, ਹਾਈ ਰਿਸਕ ਕੰਟਰੀ ਦੇ ਵਿੱਚ ਹੋਣ ਕਰਕੇ ਜੀ, ਆਪਾਂ ਜੇ ਲੈਵਲ 3 ਦੇ ਕਾਲਜ ਦੇ ਵਿੱਚ ਹੀ ਅਪਲਾਈ ਕਰਦੇ ਹਾਂ, ਹਾਈ ਰਿਸਕ ਦੋਨੋਂ ਪਾਸੇ, ਹਾਈ ਰਿਸਕ ਉਹਦਾ ਵੀਜ਼ਾ ਆਉਣ ਦਾ ਚਾਂਸ ਬਹੁਤ ਘੱਟ ਹੈ ਜੀ। ਲੈਵਲ 2 ਦੇ ਵਿੱਚ ਕਰਦੇ ਹਾਂ, ਤੁਹਾਡੀ 2 ਰਿਕੁਆਇਰਮੈਂਟਸ ਹੈ ਜਿਹਨੂੰ ਮੀਟ ਕਰਕੇ ਵੀਜ਼ਾ ਸਕਸੈਸ ਅੱਜ ਦੀ ਡੇਟ ਦੇ ਵਿੱਚ ਬਹੁਤ ਵਧੀਆ ਹੋਇਆ ਜੀ। ਲੈਵਲ 1 ਦੇ ਵਿੱਚ ਬਹੁਤ ਰੇਅਰ ਹੈ ਕਿਸੇ ਦਾ ਵੀਜ਼ਾ ਰਿਫਿਊਜ਼ ਹੋਵੇ, ਸਾਡੇ ਆਪਣੇ ਸਿਨਾਰੀਓ ਹਾਰਡਲੀ 1-2 ਉਂਗਲੀਆਂ ਤੇ ਗਿਣੇ ਜਾਣਗੇ ਜੇ ਵੀਜ਼ਾ ਕਿਸੇ ਦਾ ਰਿਫਿਊਜ਼ ਹੋ। ਜੀ ਜੀ ਬਿਲਕੁਲ। ਸੋ ਦਰਸ਼ਕੋ, ਤੁਸੀਂ ਵੀ ਜੇ ਤੁਹਾਡਾ ਕੋਈ ਸਵਾਲ ਆ ਤਾਂ ਡੈਫੀਨਿਟਲੀ ਤੁਸੀਂ ਸੁਮਿਤ ਖੰਨਾ ਸਰ ਸਾਡੇ ਨਾਲ ਸਟੂਡੀਓ ਦੇ ਵਿੱਚ ਲਗਾਤਾਰ ਬਣੇ ਹੋਏ ਨੇ ਜੀ। ਇਹਨਾਂ ਦੇ ਆਫਿਸਿਸ ਨੇ ਜਿਹੜੇ ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ, ਖੰਨਾ, ਯਮੁਨਾ ਨਗਰ। ਇਸ ਤੋਂ ਇਲਾਵਾ ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਆਫਿਸਿਸ ਨੇ। ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛਣਾ ਚਾਹੁੰਦੇ ਹੋ ਡੈਫੀਨਿਟਲੀ ਤੁਸੀਂ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਕਿਸੇ ਹੋਰ ਕੰਟਰੀ ਬਾਰੇ ਵੀ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਡੈਫੀਨਿਟਲੀ ਇਹਨਾਂ ਦੇ ਆਫਿਸ